ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਚੋਣਾਂ ਤੋਂ ਐਨ ਪਹਿਲਾਂ ਦੇਸ਼ ਭਰ ਵਿੱਚ ਨਵੇਂ ਕਾਨੂੰਨ ਲਾਗੂ ਸਿਆਸਤ ਗਰਮਾਈ ਬੇਅਦਬੀ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਸੰਯੁਕਤ ਕਿਸਾਨ ਮੋਰਚਾ ਨੇ ਮਹਾ ਪੰਚਾਇਤ ਤੋਂ ਪਹਿਲਾਂ ਕੇਂਦਰ ਨੂੰ ਦਿੱਤੀ ਵੱਡੀ ਚੇਤਾਵਨੀ ਅਕਾਲੀ ਭਾਜਪਾ ਗੱਠਜੋੜ ਵਿੱਚ ਕੀ ਪੈ ਰਿਹਾ ਅੜਿੱਕਾ ਕਰਾਂਗੇ ਗੱਲਬਾਤ ਮਨਪ੍ਰੀਤ ਬਾਦਲ ਬਾਰੇ ਵੱਡਾ ਤੇ ਹੈਰਾਨੀਜਨਕ ਖੁਲਾਸਾ ਚੰਡੀਗੜ੍ਹ ਦੇ ਮੇਅਰ ਨੇ ਲਏ ਵੱਡੇ ਫੈਸਲੇ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਆ ਨਵੇਂ ਕਾਨੂੰਨ ਦੀ ਕੇਂਦਰ ਸਰਕਾਰ ਨੇ ਆਚਮ ਚੇਤ ਕੱਛ ਤੋਂ ਮੂਗਲੀ ਕੱਢ ਕੇ ਮਾਰੀ ਹੈ ਇੰਡੀਆ ਦਾ ਸਭ ਤੋਂ ਵਿਵਾਦਿਤ ਕਾਨੂੰਨ ਸੀਏਏ ਬਹੁਤ ਸਾਰੇ ਲੋਕ ਇਸ ਨੂੰ ਕਾ ਵੀ ਕਹਿੰਦੇ ਨੇ ਸੀਏਏ ਲਾਗੂ ਕਰ ਦਿੱਤਾ ਤੇ ਕੇਂਦਰ ਸਰਕਾਰ ਨੇ 11 ਮਾਰਚ ਤੇ 2024 ਨੂੰ ਆਪਣਾ ਨੋਟੀਫਿਕੇਸ਼ਨ ਜਾਰੀ ਵੀ ਕਰ ਦਿੱਤਾ ਸਿਟੀਨਸ਼ਿਪ ਐਕਟ 2019 ਦੇ ਵਿੱਚ ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਸੀ ਸੋਧ ਬਿੱਲ ਹੈ ਦਰਅਸਲ ਇਹ ਸੋਧ ਕਾਨੂੰਨ ਹੈ ਚੋਣਾਂ ਦਾ ਮੌਸਮ ਹੈ ਤੇ ਇਸ ਮੌਸਮ ਦੇ ਦੌਰਾਨ ਨਾਗਰਿਕਤਾ ਸੋਧ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਸਿਆਸੀ ਸਰਗਰਮੀਆਂ ਬਹੁਤ ਵੱਡੇ ਪੱਧਰ ਤੇ ਤੇਜ਼ ਹੋ ਗਈਆਂ ਨੇ ਭਾਰਤ ਦੇ ਵਿੱਚ ਐਨ ਆਰ ਸੀ ਅਤੇ ਸੀ اے এ ਪਾਸ ਹੋਣ ਤੋਂ ਬਾਅਦ ਇਹ ਆਖਿਆ ਜਾ ਸਕਦਾ ਤੁਹਾਨੂੰ ਸ਼ਾਇਦ ਯਾਦ ਵੀ ਹੋਵੇ ਕਿ 2020-2020 ਦੇ ਵਿੱਚ ਦਿੱਲੀ ਸਮੇਤ ਵੱਖ-ਵੱਖ ਥਾਵਾਂ ਤੇ ਦੰਗੇ ਪੜਕੇ ਸੀ ਜਿਸ ਕਾਰਨ ਦਰਜਣਾ ਜਾਨਾਂ ਵੀ ਗਈਆਂ ਸੀ ਤੇ ਹੁਣ ਅਰਚਨ ਚੇਤ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਪਾਵ ਗ੍ਰਹਿ ਮੰਤਰਾਲੇ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਵੱਡਾ ਸੁਨੇਹਾ ਦਿੱਤਾ ਗਿਆ ਹੈ ਕਿ ਅਸੀਂ ਜੇ ਕੋਈ ਕਾਨੂੰਨ ਲਾਗੂ ਕਰਨਾ ਹੋਵੇ ਤੇ ਰਾਤ ਤੋਂ ਰਾਤ ਕਰ ਸਕਦੇ ਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਣਾ ਬਣਦਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਾਂ ਹੀ ਕਿਹਾ ਸੀ ਕਿ ਸੀਏਏ ਲੋਕ ਸਭਾ ਤੋਂ ਪਹਿਲਾਂ ਲਾਗੂ ਕਰ ਦਿੱਤਾ ਜਾਏਗਾ ਤੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ ਉਹਦੇ ਨਿਜਮ ਉਹ ਨੋਟੀਫਿਕੇਸ਼ਨ ਜਾਰੀ ਕਰਨਾ ਕੇਂਦਰ ਸਰਕਾਰ ਦਾ ਇੱਕ ਵੱਡਾ ਕਦਮ ਹੈ ਦੱਸਣਾ ਬਣਦਾ ਹੈ ਕਿ ਆਉਣ ਵਾਲੇ ਕੁਝ ਕੁ ਦਿਨਾਂ ਦੇ ਵਿੱਚ ਹੀ ਲੋਕ ਸਭਾ ਦੀਆਂ ਚੋਣਾਂ ਦਾ ਉਹੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਹੈ ਅਜੇ ਚ ਕਿੰਦਰ ਸਰਕਾਰ ਦੇ ਵੱਲੋਂ ਭਾਰਤ ਦੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਉਹ ਆਪਣੇ ਵੱਲੋਂ ਇੱਕ ਮਾਸਟਰ ਸਟ੍ਰੋਕ ਦੱਸ ਰਹੇ ਨੇ ਹੁਣ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਭਾਰਤ ਦੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਭਾਵਸੀ ਏ ਏ ਲਾਗੂ ਹੋ ਗਿਆ ਭਾਰਤੀ ਨਾਗਰਿਕਤਾ ਕਾਨੂੰਨ 1955 ਦੇ ਵਿੱਚ ਬਦਲਾਅ ਲਈ 2016 ਦੇ ਵਿੱਚ ਨਾਗਰਿਕਤਾ ਸੋਧ ਬਿਲ 2016 ਦਾ ਅਸਲ ਤਿਆਰ ਕੀਤਾ ਗਿਆ ਸੀ 10 ਦਸੰਬਰ ਤੇ 2019 ਨੂੰ ਲੋਕ ਸਭਾ ਦੇ ਵਿੱਚ ਪੇਸ਼ ਕਰਕੇ ਪਾਸ ਕਰਵਾਇਆ ਗਿਆ ਸੀ ਫਿਰ 2 ਦਿਨ ਬਾਅਦ ਰਾਜ ਸਭਾ ਦੇ ਵਿੱਚ ਪੇਸ਼ ਕਰਕੇ ਇਸ ਨੂੰ ਪਾਸ ਕਰਵਾਇਆ ਗਿਆ ਸੀ ਤੇ ਇਸ ਕਾਨੂੰਨ ਵਿੱਚ ਦੱਸਣਾ ਬਣਦਾ ਕਿ ਹੁਣ ਤੱਕ 6 ਵਾਰ ਸੋਧ ਹੋ ਚੁੱਕੀ ਹੈ ਪਹਿਲਾਂ ਕਾਨੂੰਨ ਦੇ ਮੁਤਾਬਕ 11 ਸਾਲ ਭਾਰਤ ਰਹਿਣ ਦੀ ਜ਼ਰੂਰਤ ਹੁੰਦੀ ਸੀ ਅਤੇ ਉਹਦੇ ਤੋਂ ਬਾਅਦ ਨਾਗਰਿਕਤਾ ਮਿਲਦੀ ਸੀ ਤੇ ਹੁਣ ਇਹਨੂੰ 6 ਸਾਲ ਕਰ ਦਿੱਤਾ ਗਿਆ ਸਿੱਖ, ਹਿੰਦੂ, ਈਸਾਈ, ਜੈਨੀ, ਪਾਰਸੀ ਅਤੇ ਬੋਧੀ ਇਹਨਾਂ ਨੂੰ ਆਸਾਨੀ ਨਾਲ ਉਹ ਨਾਗਰਿਕਤਾ ਮਿਲ ਸਕੇਗੀ ਉਹਨਾਂ ਨੂੰ ਨਿਯਮਾਂ ਮੁਤਾਬਕ ਸਰਕਾਰੀ ਵੈਬਸਾਈਟ ਤੇ ਜਾ ਕੇ ਅਪਲਾਈ ਕਰਨਾ ਹੋਵੇਗਾ ਸਿਆਸੀ ਜਾਣਕਾਰਾਂ ਦਾ ਪਰ ਮੰਨਣਾ ਇਹ ਹੈ ਕਿ ਭਾਜਪਾ ਨੇ ਪੱਛਮੀ ਬੰਗਾਲ ਅਸਾਮ ਅਤੇ ਕੇਰਲਾ ਨੂੰ ਟਾਰਗੇਟ ਕੀਤਾ ਹੈ ਅਤੇ ਸੀਏਏ ਕਾਨੂੰਨ ਬਣਾਇਆ ਹੈ ਇੱਥੇ ਦੀ ਸਿਆਸਤਾ ਫੈਸਲਾ ਦੱਸਣਾ ਬਣਦਾ ਕਿ ਮੁਸਲਮਾਨ ਭਾਈਚਾਰੇ ਦੇ ਹੱਥ ਵਿੱਚ ਸਭ ਤੋਂ ਵੱਧ ਹੁੰਦਾ ਹੈ ਬੰਗਲਾਦੇਸ਼ ਦੀ ਵੱਡੀ ਗਿਣਤੀ ਦੇ ਵਿੱਚ ਮੁਸਲਮਨ ਸ਼ਰਨਾਰਥੀ ਪੱਛਮੀ ਬੰਗਾਲ ਵਿੱਚ ਰਹਿ ਰਹੇ ਨੇ ਸੀਏਏ ਲਾਗੂ ਹੋਣ ਦੇ ਨਾਲ ਸ਼ਰਨਾਰਥੀਆਂ ਦੇ ਉੱਤੇ ਸਖਤੀ ਵਧੇਗੀ ਅਤੇ ਉਹਨਾਂ ਨੂੰ ਮੁਲਕ ਛੱਡ ਕੇ ਜਾਣ ਵਾਸਤੇ ਮਜਬੂਰ ਵੀ ਹੋਣਾ ਪੈ ਸਕਦਾ ਪਰ ਖਾਸ ਫਿਰਕੇ ਦੇ ਲੋਕਾਂ ਨੂੰ ਭਾਜਪਾ ਇਹਦੇ ਨਾਲ ਹਿੰਦੂ ਭਾਈਚਾਰੇ ਨੂੰ ਇਹ ਸੁਨੇਹਾ ਸਾਫ਼ ਤੌਰ ਤੇ ਦੇਣਾ ਚਾਹੁੰਦੀ ਹੈ ਕਿ ਉਹਨਾਂ ਦੀ ਪਾਰਟੀ ਹਰ ਉਹ ਸਖਤ ਫੈਸਲਾ ਲੈ ਰਹੀ ਹੈ ਜੋ ਹਿੰਦੂ ਭਾਈਚਾਰੇ ਦੇ ਅਧਿਕਾਰਾਂ ਨੂੰ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ ਕਾ ਕਾਨੂੰਨ ਕਦੋਂ ਪਾਸ ਹੋਇਆ ਸੀ ਸਭ ਤੋਂ ਪਹਿਲਾਂ ਤਾਂ ਇਹਦੇ ਉੱਤੇ ਮੈਂ ਮਦਦਾਰ ਮਦਦ ਪਾ ਮੈਂ ਬਹੁਤਾ ਸਮਾਂ ਨਹੀਂ ਪਰ ਸੰਖੇਪ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਹੈ ਕਿ ਇਹ ਕਾਨੂੰਨ ਦਸੰਬਰ 2019 ਦੇ ਵਿੱਚ ਪਾਸ ਕੀਤਾ ਗਿਆ ਸੀ ਬਾਅਦ ਦੇ ਵਿੱਚ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਗਈ ਸੀ ਪਰ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਇਸ ਦੇ ਵਿਰੋਧ ਦੇ ਵਿੱਚ ਬਹੁਤ ਵੱਡੇ ਪ੍ਰਦਰਸ਼ਨ ਹੋਏ ਸੀ ਤੇ ਇਹ ਕਾਨੂੰਨ ਫਿਰ ਲਾਗੂ ਨਹੀਂ ਕੀਤਾ ਗਿਆ ਕਿਉਂਕਿ ਇਸ ਨੂੰ ਲਾਗੂ ਕਰਨ ਵਾਸਤੇ ਨਿਯਮ ਹਾਲੇ ਨੋਟੀਫਾਈ ਨਹੀਂ ਸੀ ਕੀਤੇ ਗਏ ਹੁਣ ਇਸ ਕਾਨੂੰਨ ਦੇ ਮੁਤਾਬਕ ਵੱਡਾ ਸਵਾਲ ਹੈ ਕਿ ਭਾਰਤੀ ਨਾਗਰਿਕਤਾ ਕਿਹਨੂੰ ਮਿਲੂਗੀ ਇਹਦਾ ਕਾਨੂੰਨ ਇਹ ਕਹਿੰਦਾ ਕਾ ਇਹ ਕਹਿੰਦਾ ਸੀਏਏ ਦੇ ਨਿਯਮ ਇਹ ਕਹਿੰਦੇ ਨੇ ਕਿ 31 ਦਸੰਬਰ 2014 ਤੱਕ ਬੰਗਲਾਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਭਾਰਤ ਆਏ ਲੋਕਾਂ ਨੂੰ ਕੇਂਦਰ ਸਰਕਾਰ ਦੁਆਰਾ ਭਾਰਤੀ ਨਾਗਰਿਕਤਾ ਦਿੱਤੀ ਜਾਏਗੀ ਇਹਦੇ ਵਿੱਚ ਜਿਹੜੇ ਧਰਮ ਸ਼ਾਮਲ ਕੀਤੇ ਗਏ ਆ ਹੁਣ ਉਹ ਬਹੁਤ ਵੱਡਾ ਸਵਾਲ ਹੈ ਮੁਸਲਮ ਭਾਈਚਾਰਾ ਇਸੇ ਕਰਕੇ ਤੜਫ ਵੀ ਰਿਹਾ ਤੇ ਹਿੰਦੂ ਭਾਈਚਾਰਾ ਇਸੇ ਕਰਕੇ ਸਪਸ਼ਟ ਸੁਨੇਹਾ ਸਮਝ ਰਿਹਾ ਇਹਦੇ ਚ ਕਿਹੜੇ ਕਿਹੜੇ ਧਰਮ ਸ਼ਾਮਲ ਨੇ ਸੀਏਏ ਦੇ ਵਿੱਚ 6 ਗੈਰ ਮੁਸਲਮ ਭਾਈਚਾਰੇ ਜਿਨ੍ਹਾਂ ਵਿੱਚ ਹਿੰਦੂ ਸਿੱਖ ਈਸਾਈ ਜੈਨ ਬੋਧੀ ਤੇ ਪਾਰਸੀ ਇਹ ਸ਼ਾਮਲ ਕੀਤੇ ਗਏ ਹਨ ਉਹਨਾਂ ਨੂੰ ਭਾਰਤੀ ਨਾਗਰਿਕਤਾ ਤਾਂ ਹੀ ਮਿਲ ਸਕਦੀ ਹੈ ਜੇਕਰ ਉਹਨਾਂ ਨੇ 31 ਦਸੰਬਰ 2014 ਨੂੰ ਜਾਂ ਉਹਦੇ ਤੋਂ ਪਹਿਲਾਂ ਭਾਰਤ ਦੇ ਵਿੱਚ ਸ਼ਰਨ ਲਈ ਹੋਵੇ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਣ ਤੋਂ ਬਾਅਦ ਭਾਜਪਾ ਨੇ ਆਖਿਆ ਕਿ ਜੋ ਕਿਹਾ ਗਿਆ ਸੀ ਉਹੀ ਕੀਤਾ ਗਿਆ ਹੈ ਮੋਦੀ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਆਪਣੀ ਗਾਰੰਟੀ ਪੂਰੀ ਕਰ ਦਿੱਤੀ ਹੈ ਹੁਣ ਵੱਖ-ਵੱਖ ਆਗੂਆਂ ਦੀ ਇਹਦੇ ਉੱਤੇ ਪ੍ਰਤੀਕਿਰਿਆ ਆਈ ਹੈ ਸਭ ਤੋਂ ਪਹਿਲਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਕੀ ਕਹਿੰਦੇ ਨੇ ਕਿਉਂਕਿ ਉਹ ਭਾਜਪਾ ਦੇ ਇਸ ਵਕਤ ਸਰਕਾਰ ਦੇ ਯੂਪੀ ਚ ਮੁਖੀ ਨੇ ਉਹ ਕਹਿੰਦੇ ਵੀ ਇਹ ਕਾਨੂੰਨ ਲਾਗੂ ਕਰਦਾ ਫੈਸਲਾ ਪੀੜਤ ਮਨੁੱਖਤਾ ਦੀ ਭਲਾਈ ਵਾਸਤੇ ਇਤਿਹਾਸਕ ਹੈ ਇਹਦੇ ਨਾਲ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਵਿੱਚ ਧਾਰਮਿਕ ਬੇਰਹਿਮੀ ਨਾਲ ਪੀੜਤਾਂ ਜਿਹੜੇ ਘੱਟ ਗਿਣਤੀ ਭਾਈਚਾਰਿਆਂ ਦੇ ਨਾਲ ਲੋਕ ਜਿਹੜੇ ਸਬੰਧਤ ਨੇ ਉਹਨਾਂ ਲਈ ਸਨਮਾਨਜਨਕ ਜੀਵਨ ਦਾ ਰਾਹ ਪੱਧਰਾ ਹੋ ਗਿਆ ਮਾਨਵਤਾ ਨੂੰ ਖੁਸ਼ੀ ਦੇਣ ਵਾਲੇ ਇਸ ਮਾਨਵਤਾਵਾਦੀ ਫੈਸਲੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਧੰਨਵਾਦ ਇਸ ਐਕਟ ਦੇ ਤਹਿਤ ਭਾਰਤੀ ਨਾਗਰਿਕਤਾ ਲੈਣ ਜਾ ਰਹੇ ਸਾਰੇ ਵੀਰਾਂ ਭੈਣਾਂ ਨੂੰ ਦਿਲੋਂ ਵਧਾਈਆਂ ਇਹ ਆਕਿਆ ਯੋਗੀ ਨੇ ਇਤੋ ਬਾਅਦ ਗੱਲ ਕਰਦੇ ਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਸਾਈਟ ਐਕਸ ਦੇ ਉੱਤੇ ਪੋਸਟ ਕੀਤਾ ਕਿ 10 ਸਾਲ ਤੱਕ ਦੇਸ਼ ਤੇ ਰਾਜ ਕਰਨ ਤੋਂ ਬਾਅਦ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸੀਏਏ ਲਿਆਂਦਾ ਹੈ ਅਜਿਹੇ ਸਮੇਂ ਜਦੋਂ ਗਰੀਬ ਅਤੇ ਮੱਧ ਵਰਗ ਮਹਿੰਗਾਈ ਨਾਲ ਬਿਲਕ ਰਿਹਾ ਹੈ ਬੇਰੁਜ਼ਗਾਰ ਨੌਜਵਾਨ ਰੋਜ਼ਗਾਰ ਲਈ ਘਰ ਘਰ ਜਾ ਕੇ ਸੰਘਰਸ਼ ਕਰ ਰਿਹਾ ਹੈ ਉਹਨਾਂ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਇਹ ਲੋਕ ਸੀਏ ਲੈ ਕੇ ਆਇਆ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਵਿੱਚ ਤਿੰਨ ਗੁਆਂਢੀ ਦੇਸ਼ਾਂ ਦੇ ਘੱਟ ਗਿਣਤੀਆਂ ਨੂੰ ਨਾਗਰਿਕਤਾ ਦਿੱਤੀ ਜਾਏਗੀ ਭਾਵ ਉਹ ਗੁਆਂਢੀ ਮੁਲਕਾਂ ਤੋਂ ਲੋਕਾਂ ਨੂੰ ਭਾਰਤ ਲਿਆ ਕੇ ਬਸਾਉਣਾ ਚਾਹੁੰਦੇ ਐ ਫਿਰ ਉਹ ਸਵਾਲ ਕਰਦੇ ਉਹਦੇ ਚ ਲਿਖਦੇ ਕਿਉਂ ਉਹ ਕਹਿੰਦੇ ਆਪਣਾ ਵੋਟ ਬੈਂਕ ਬਣਾਉਣ ਦੇ ਲਈ ਜਦੋਂ ਸਾਡੇ ਨੌਜਵਾਨਾਂ ਦੇ ਕੋਲ ਰੁਜ਼ਗਾਰ ਹੈ ਨਹੀਂ ਤਾਂ ਗੁਆਂਢੀ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਨੂੰ ਰੁਜ਼ਗਾਰ ਕੌਣ ਦੇਵੇਗਾ ਫਿਰ ਅਗਲਾ ਸਵਾਲ ਉਹ ਕੀਤਾ ਹੈ ਉਹਨਾਂ ਲਈ ਘਰ ਕੌਣ ਬਣਾ ਕੇ ਦੇਵੇਗਾ ਕੀ ਭਾਜਪਾ ਉਹਨਾਂ ਨੂੰ ਰੋਜ਼ਗਾਰ ਦੇਵੇਗੀ ਘਰ ਦੇਵੇਗੀ ਕੀ ਭਾਜਪਾ ਉਹਨਾਂ ਲਈ ਘਰ ਬਣਾਏਗੀ ਉਹਨਾਂ ਦੀਆਂ ਨੀਤੀਆਂ ਤੇ ਜ਼ੁਲਮਾਂ ਤੋਂ ਤੰਗ ਆ ਕੇ ਪਿਛਲੇ 10 ਸਾਲਾਂ ਦੇ ਵਿੱਚ 11 ਲੱਖ ਤੋਂ ਵੱਧ ਵਪਾਰੀ ਅਤੇ ਉਦਯੋਗਪਤੀ ਮੁਲਕ ਛੱਡ ਕੇ ਚਲੇ ਗਏ ਉਹਨਾਂ ਨੂੰ ਵਾਪਸ ਲਿਆਉਣ ਦੀ ਬਜਾਏ ਉਹ ਗੁਆਂਢੀ ਮੁਲਕਾਂ ਤੋਂ ਗਰੀਬਾਂ ਨੂੰ ਲਿਆ ਕੇ ਭਾਰਤ ਦੇ ਵਿੱਚ ਵਸਾਉਣਾ ਚਾਹੁੰਦੇ ਆ ਫਿਰ ਸਵਾਲ ਕਰਦੇ ਆ ਕਿਉਂ ਸਿਰਫ ਆਪਣਾ ਵੋਟ ਬੈਂਕ ਬਣਾਉਣ ਲਈ ਪੂਰਾ ਦੇਸ਼ ਕਾ ਦਾ ਵਿਰੋਧ ਕਰ ਰਿਹਾ ਹੈ ਪਹਿਲਾਂ ਸਾਡੇ ਬੱਚਿਆਂ ਨੂੰ ਨੌکریاں ਦਿਓ ਪਹਿਲਾਂ ਆਪਣੇ ਲੋਕਾਂ ਨੂੰ ਘਰ ਬਣਾ ਕੇ ਦਿਓ ਫਿਰ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚ ਲਿਆਉਂਦੇ ਪੂਰੀ ਦੁਨੀਆ ਦਾ ਹਰ ਦੇਸ਼ ਦੂਜੇ ਦੇਸ਼ਾਂ ਦੇ ਗਰੀਬਾਂ ਨੂੰ ਆਪਣੇ ਦੇਸ਼ ਵਿੱਚ ਆਉਣ ਤੋਂ ਰੋਕਦਾ ਕਿਉਂਕਿ ਇਹਦੇ ਨਾਲ ਸਥਾਨਕ ਲੋਕਾਂ ਦਾ ਰੋਜ਼ਗਾਰ ਖੋਸਦਾ ਘਟਦਾ ਹੈ ਕਹਿੰਦੇ ਭਾਜਪਾ ਸ਼ਾਇਦ ਦੁਨੀਆ ਦੀ ਇਕਲੌਤੀ ਪਾਰਟੀ ਹੈ ਜੋ ਗਵਾਂਡੀ ਦੇਸ਼ਾਂ ਦੇ ਗਰੀਬਾਂ ਨੂੰ ਆਪਣੇ ਵੋਟ ਬੈਂਕ ਲਈ ਇਹ ਗੰਦੀ ਰਾਜਨੀਤੀ ਕਰ ਰਹੀ ਹੈ ਇਹ ਦੇਸ਼ ਦੇ ਖਿਲਾਫ ਹੈ ਇਹਦਾ ਖਾਸ ਤੌਰ ਤੇ ਅਸਾਮ ਅਤੇ ਪੂਰੇ ਉੱਤਰੀ ਭਾਰਤ ਦੇ ਲੋਕਾਂ ਦੇ ਵੱਲੋਂ ਸਖਤ ਵਿਰੋਧ ਵੀ ਕੀਤਾ ਜਾ ਰਿਹਾ ਹੈ ਜੋ ਬੰਗਲਾਦੇਸ਼ ਤੋਂ ਪ੍ਰਵਾਸਤਾ ਸ਼ਿਕਾਰ ਹੋਏ ਹੈ ਅਤੇ ਜਿਨ੍ਹਾਂ ਦੀ ਭਾਸ਼ਾ ਅਤੇ ਸੱਭਿਆਚਾਰ ਅੱਜ ਉਹ ਕਹਿੰਦੇ ਖਤਰੇ 'ਚ ਹੈ ਭਾਜਪਾ ਨੇ ਅਸਾਮ ਅਤੇ ਪੂਰੇ ਉੱਤਰੀ ਪੂਰਬੀ ਜਿਹੜੇ ਰਾਜ ਨੇ ਉਹਨਾਂ ਲੋਕਾਂ ਦੇ ਨਾਲ ਇਹ ਕਹਿੰਦੇ ਧੋਖਾ ਕੀਤਾ ਹੈ ਤੇ ਲੋਕ ਲੋਕ ਸਭਾ ਚੋਣਾਂ ਦੇ ਵਿੱਚ ਇਹਦਾ ਭਾਜਪਾ ਨੂੰ ਜਵਾਬ ਦੇਣਗੇ ਹੁਣ ਗੱਲ ਕਰਦੇ ਆ ਮਮਤਾ ਦਾ એનર્ਜੀ ਦੀ ਮਮਤਾ ਬੈਂਰਜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਹੈ। ਉਹਨਾਂ ਨੇ ਕਿਹਾ ਕਿ ਤੁਹਾਨੂੰ 6 ਮਹੀਨੇ ਪਹਿਲਾਂ ਨਿਜਮਾ ਨੂੰ ਨੋਟੀਫਾਈ ਕਰਨਾ ਚਾਹੀਦਾ ਸੀ। ਜੇਕਰ ਕੋਈ ਚੰਗੀ ਚੀਜ਼ ਹੁੰਦੀ ਹੈ ਤਾਂ ਅਸੀਂ ਉਹਦਾ ਹਮੇਸ਼ਾ ਤੋਂ ਸਮਰਥਨ ਕਰਦੇ ਹਾਂ, ਉਹਦੀ ਸਿਫਤ ਕਰਦੇ ਹਾਂ, ਸ਼ਲਾਘਾ ਕਰਦੇ ਹਾਂ ਪਰ ਜੇਕਰ ਅਜਿਹਾ ਕੁਝ ਕੀਤਾ ਜਾਂਦਾ ਜੋ ਦੇਸ਼ ਲਈ ਚੰਗਾ ਨਹੀਂ ਹੁੰਦਾ ਤਾਂ ਅਸੀਂ ਉਹਦਾ ਹਮੇਸ਼ਾ ਵਿਰੋਧ ਵੀ ਕਰਦੇ ਹਾਂ ਤੇ ਆਪਣੀ ਆਵਾਜ਼ ਬੁਲੰਦ ਵੀ ਕਰਦੇ ਹਾਂ ਤੇ ਇਹਦਾ ਵਿਰੋਧ ਹੋਊਗਾ ਵੀ। ਉਹ ਕਹਿੰਦੇ ਮੈਨੂੰ ਪਤਾ ਕਿ ਅੱਜ ਦੀ ਤਰੀਕ ਰਮਜ਼ਾਨ ਤੋਂ ਪਹਿਲਾਂ ਕਿਉਂ ਚੁਣੀ ਗਈ ਮੈਂ ਪਰ ਕਹਿੰਦੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਬਚਣ ਦੀ ਅਪੀਲ ਕਰਦੀਆਂ ਫਿਰ ਕਰਦੇ ਆਖਲੇਸ਼ ਯਾਦਵ ਹੋਰਾਂ ਦੀ ਟਿੱਪਣੀ ਦਾ ਜ਼ਿਕਰ ਉਹ ਯੂਪੀ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੇ ਆਖਿਆ ਕਿ ਜਦ ਦੇਸ਼ ਦੇ ਨਾਗਰਿਕ ਰੋਜ਼ੀ ਰੋਟੀ ਲਈ ਬਾਹਰ ਜਾਣ ਲਈ ਮਜਬੂਰ ਹੋ ਰਹੇ ਨੇ ਤਾਂ ਦੂਜਿਆਂ ਲਈ ਨਾਗਰਿਕਤਾ ਕਾਨੂੰਨ ਲਿਆ ਕੇ ਕੀ ਦੱਸਣਾ ਚਾਹੁੰਦੇ ਹੋ ਤੁਸੀਂ ਜਨਤਾ ਹੁਣ ਭਾਜਪਾ ਦੀ ਭਟਕਣ ਦੀ ਰਾਜਨੀਤੀ ਦੀ ਜਿਹੜੀ ਖੇਡ ਆ ਉਹਨੂੰ ਸਮਝ ਚੁੱਕੀ ਐ ਭਾਜਪਾ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਦੇ 10 ਸਾਲਾਂ ਦੇ ਸ਼ਾਸਨ ਦੇ ਦੌਰਾਨ ਲੱਖਾਂ ਨਾਗਰਿਕਾਂ ਨੇ ਦੇਸ਼ ਦੀ ਨਾਗਰਿਕਤਾ ਕਿਉਂ ਛੱਡੀ ਜੋ ਵੀ ਹੋਵੇ ਕਹਿੰਦੇ ਕੱਲ ਨੂੰ ਸਾਨੂੰ ਇਲੈਕਟੋਰਲ ਬਾਉਂਡ ਦਾ ਹਿੱਸਾ ਦੇਣਾ ਪਵੇਗਾ ਅਤੇ ਫਿਰ ਕੇਆਰ ਫੰਡ ਦਾ ਵੀ ਤੇ ਅੱਗੇ ਕੱਲ ਕਰਦੇ ਆਂ ਡੀਐਮਕੇ ਦੀ ਡੀਐਮਕੇ ਦੇ ਬੁਲਾਰੇ ਨੇ ਟੀਕੇ ਐਸਾ ਇਲਾਂਗੋਵਨ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਹਿੰਦੂਤਵ ਦੇਸ਼ ਦੇ ਵਿੱਚ ਬਦਲਣ ਦੇ ਵਾਸਤੇ ਇਹ ਭਾਜਪਾ ਦੇ ਵੱਲੋਂ ਪਹਿਲਾ ਕਦਮ ਪੁੱਟ ਲਿਆ ਗਿਆ। ਜੋ ਸੰਵਿਧਾਨ ਦੇ ਵਿਰੁੱਧ ਹੈ ਇਹ ਸਰਕਾਰ ਸੰਵਿਧਾਨ ਦੀਆਂ ਸਾਰੀਆਂ ਧਰਾਵਾਂ ਦੀ ਉਲੰਘਣਾ ਕਰਨ ਲਈ ਗਿਣੀ ਜਾਂਦੀ ਹੈ। ਹੁਣ ਗੱਲ ਕਰਦੇ ਹਾਂ ਓਵੈਸੀ ਹੋਰਾਂ ਦੀ। ਸੀਏਏ ਲਾਗੂ ਹੋਣ ਤੋਂ ਬਾਅਦ ਆਈ ਐਮ ਆਈ ਐਮ ਦੇ ਮੁਖੀ ਓਵੈਸੀ ਨੇ ਕਿਹਾ ਕਿ ਤੁਸੀਂ ਘਟਨਾ ਕਰਮ ਨੂੰ ਸਮਝਦੇ ਹੋ। ਪਹਿਲਾਂ ਚੋਣਾਂ ਦਾ ਮੌਸਮ ਆਊਗਾ ਫਿਰ ਸੀਏ ਦੇ ਨਿਜਮ ਆਉਣਗੇ। सीएए ਤੇ ਸਾਡਾ ਇਤਰਾਜ਼ ਕਹਿੰਦੇ ਪਹਿਲਾ ਵਾਰ ਗਈ ਹੈ ਸੀਏए ਵੰਡਵਾਦੀ ਹੈ ਅਤੇ ਗੌਂਸੇ ਦੀ ਵਿਚਾਰਧਾਰਾ ਤੇ ਆਧਾਰਿਤ ਹੈ ਜੋ ਮੁਸਲਮਾਨਾਂ ਨੂੰ ਦੂਸਰੇ ਦਰਦੇ ਦਾ ਨਾਗਰਿਕ ਬਣਾਉਣਾ ਚਾਹੁੰਦੀ ਹੈ ਕਿਸੇ ਵੀ ਸਤਾਏ ਹੋਏ ਵਿਅਕਤੀ ਨੂੰ ਕਹਿੰਦੇ ਸ਼ਰਨ ਦਿਓ ਆ ਬਹੁਤ ਵੱਡਾ ਸਵਾਲ ਹੈ ਕਿਉਂਕਿ ਮੈਂ ਪਹਿਲੇ ਹੀ ਦੱਸ ਦਿੱਤਾ ਹੈ ਕਿ ਕਿਹੜੇ-ਕਿਹੜੇ ਧਰਮਾਂ ਨਾਲ ਤੇ ਕਿਹੜੇ-ਕਿਹੜੇ ਮੁਲਕਾਂ ਨਾਲ ਸੰਬੰਧਤ ਲੋਕਾਂ ਨੂੰ ਨਾਗਰਿਕਤਾ ਮਿਲੂਗੀ ਉਹ 'ਚ ਮੁਸਲਮਾਨ ਨਹੀਂ ਨੇ ਉਹ ਵੈਸੇ ਹੀ ਕਹਿੰਦੇ ਕਿਸੇ ਵੀ ਸਤਾਏ ਹੋਏ ਵਿਅਕਤੀ ਨੂੰ ਤਾਂ ਸ਼ਰਨ ਦਿਓ ਪਰ ਨਾਗਰਿਕਤਾ ਧਰਮ ਜਾਂ ਕੌਮੀਅਤ ਤੇ ਆਧਾਰਤ ਨਹੀਂ ਹੋਣੀ ਚਾਹੀਦੀ ਉਹ ਕਹਿੰਦੇ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਇਹਨਾਂ ਨਿਯਮਾਂ ਨੂੰ 5 ਸਾਲਾਂ ਤੱਕ ਕਿਉਂ ਲਟਕਾ ਕੇ ਰੱਖਿਆ ਅਤੇ ਹੁਣ ਉਹ ਇਹਨਾਂ ਨੂੰ ਕਿਉਂ ਲਾਗੂ ਕਰ ਰਹੇ ਨੇ ਜਿਵੇਂ ਕਿ ਐਨਪੀਆਰ ਐਨਆਰਸੀ ਦੇ ਨਾਲ ਸੀਏ ਦਾ ਉਦੇਸ਼ ਸਿਰਫ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਹੈ ਇਹਦਾ ਹੋਰ ਕੋਈ ਉਦੇਸ਼ ਨਹੀਂ ਸੀਏ ਐਨਪੀਆਰ ਅਤੇ ਐਨਆਰਸੀ ਦਾ ਵਿਰੋਧ ਕਰਨ ਲਈ ਸੜਕਾਂ ਤੇ ਉਤਰਨ ਵਾਲੇ ਭਾਰਤੀਆਂ ਦੇ ਕੋਲ ਇਸ ਦਾ ਦੁਬਾਰਾ ਵਿਰੋਧ ਕਰਨ ਤੋਂ ਇਲਾਵਾ ਕਹਿੰਦੇ ਇਸ ਵਕਤ ਕੋਈ ਬਦਲ ਨਹੀਂ ਇਹ ਉਹ ਵੈਸੀ ਹੋਰਾਂ ਨੇ ਆਖਿਆ ਤੇ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਵਿਰੋਧ ਹੋਰ ਵੀ ਹੋ ਸਕਦਾ ਤੇ ਹੁਣ ਗੱਲ ਕਰਦੇ ਆਂ ਬੇਆਦਬੀ ਮਾਮਲੇ 'ਚ ਗੁਰਮੀਤ RAM ਰਹੀਮ ਨੂੰ ਹਾਈ ਕੋਰਟ ਦੀ ਵੱਡੀ ਰਾਹਤ ਦਾ ਬਰਗਾੜੀ ਬੇਆਦਬੀ ਮਾਮਲੇ ਦੇ ਵਿੱਚ ਦਰਸਾਲਾ ਗੁਰਮੀਤ RAM ਰਹੀਮ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਗੁਰਮੀਤ RAM ਰਹੀਮ ਉਦੇ ਖਿਲਾਫ ਜਿਹੜੀ ਹੇਟਲੀ ਅਦਾਲਤ ਦੇ ਵਿੱਚ ਕਾਰਵਾਈ ਚੱਲ ਰਹੀ ਸੀ ਉਹਦੇ ਉੱਤੇ ਰੋਕ ਲਾ ਦਿੱਤੀ ਹੈ ਦੱਸਣਾ ਬਣਦਾ ਹੈ ਕਿ ਗੁਰਮੀਤ RAM ਰਹੀਮ ਨੇ ਇਸ ਮਾਮਲੇ ਦੀ CBI ਜਾਂਚ ਦੀ ਮੰਗ ਕੀਤੀ ਹੋਈ ਹੈ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਡਬਲ ਬੈਂਚ ਕੋਲ ਭੇਜ ਦਿੱਤਾ ਹੈ ਤੇ ਇਹ ਮਾਮਲਾ ਦੱਸਣਾ ਬਣਦਾ ਹੈ ਕਿ ਫਰੀਦਕੋਟ ਦੀ ਹੇਟਲੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਦੋਂ ਕਿ ਗੁਰਮੀਤ RAM ਰਹੀਮ ਨੇ ਇਸ ਮਾਮਲੇ ਦੀ CBI ਤੋਂ ਜਾਂਚ ਕਰਵਾਉਣ ਦੇ ਵਾਸਤੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਹਾਈ ਕੋਰਟ ਨੇ ਹੇਟਲੀ ਅਦਾਲਤੀ ਸੁਣਵਾਈ ਤੇ ਹੁਣ ਰੋਕ ਲਾ ਦਿੱਤੀ ਹੈ ਤੇ ਨਾਲ ਹੀ सीबीआई ਜਾਂਚ ਦੀ ਮੰਗ ਵਾਲੀ ਪਟੀਸ਼ਨ ਨੂੰ ਡਬਲ ਬੈਂਚ ਕੋਲ ਭੇਜ ਦਿੱਤਾ ਜੋ ਕਿ ਗੁਰਮੀਤ ਰਾਮ ਰਹੀਮ ਦੇ ਵਾਸਤੇ ਇੱਕ ਵੱਡੀ ਰਾਹਤ ਮੰਨੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਕਿਸਾਨਾਂ ਦੀ ਸੰਯੁਕਤ ਕਿਸਾਨ ਮੋਰਚੇ ਦੀ 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨਾਂ ਦੇ ਵੱਲੋਂ ਇੱਕ ਮਹਾ ਪੰਚਾਇਤ ਸੱਦੀ ਹੋਈ ਹੈ ਤੇ ਉਸ ਮਹਾ ਪੰਚਾਇਤ ਨੂੰ ਲੈ ਕੇ ਇੱਕ ਰਣਨੀਤੀ ਤਿਆਰ ਕੀਤੀ ਗਈ ਹੈ ਤੇ ਨਾਲ ਹੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਲੁਧਿਆਣਾ ਦੇ ਵਿੱਚ ਦਰਅਸਲ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਦੇ ਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੀ ਇੱਕ ਬੈਠਕ ਹੁੰਦੀ ਹੈ ਜਿਸ ਦੇ ਵਿੱਚ ਲਗਭਗ 25 ਦੇ ਕਰੀਬ ਜੱਥੇਬੰਦੀਆਂ ਨੇ ਹਿੱਸਾ ਲਿਆ ਕਿਸਾਨ ਜੱਥੇਬੰਦੀਆਂ ਨੇ ਤੈਅ ਕੀਤਾ ਹੈ ਕਿ ਰੇਲਾਂ ਬੱਸਾਂ ਅਤੇ ਆਪਣੀਆਂ ਗੱਡੀਆਂ ਦੇ ਜ਼ਰੀਏ ਪੂਰੇ ਭਾਰਤ ਦੇ ਵਿੱਚੋਂ ਕਿਸਾਨ ਦਿੱਲੀ ਪਹੁੰਚ ਗਏ ਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਜੇਕਰ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਦੇਸ਼ ਭਰ ਦੇ ਵਿੱਚ ਰੇਲਾਂ ਜਾਮ ਕਰ ਦਿੱਤੀਆਂ ਜਾਣਕੀਆਂ ਕਿਸਾਨ ਆਗੂਆਂ ਨੇ ਆਖਿਆ ਕਿ ਅਸੀਂ ਕੇਂਦਰ ਤੋਂ ਦਬਣ ਵਾਲੇ ਨਹੀਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵੱਲੋਂ ਦਾਵਾ ਕੀਤਾ ਗਿਆ ਹੈ ਕਿ 14 ਮਾਰਚ ਨੂੰ ਦਿੱਲੀ ਦੇ ਵਿੱਚ ਹੋਣ ਵਾਲੀ ਮਹਾਂ ਰੈਲੀ ਚ ਮਹਾ ਪੰਚਾਇਤ ਦੇ ਵਿੱਚ 1 ਲੱਖ ਕਿਸਾਨ ਪੂਰੇ ਭਾਰਤ ਭਰ ਵਿੱਚੋਂ ਪਹੁੰਚੇਗਾ 400 ਤੋਂ ਵੱਧ ਜਥੇਬੰਦੀਆਂ ਨੇ 50 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦੀ ਸੂਚੀ ਤਿਆਰ ਕਰ ਲਈ ਹੈ ਤੇ ਐਸ ਕੇਐਮ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਕੋਈ ਵੀ ਟਰੈਕਟਰਾਂ ਦੇ ਜ਼ਰੀਏ ਦਿੱਲੀ ਨਹੀਂ ਜਾਏਗਾ ਅਤੇ ਸਾਡੀ ਵਾਪਸੀ ਵੀ ਕਹਿੰਦੇ ਉਸੇ ਦਿਨ ਹੋ ਜਾਏਗੀ ਤੇ ਉਧਰ ਕਿਸਾਨਾਂ ਦੇ ਦਿੱਲੀ ਜਾਣ ਦੇ ਉੱਤੇ ਕੇਂਦਰ ਸਰਕਾਰ ਅਲਰਟ ਦੱਸੀ ਜਾ ਰਹੀ ਹੈ ਦਿੱਲੀ ਦੇ ਵਿੱਚ ਥਾਂ-ਥਾਂ ਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਦੱਸਣਾ ਬਣਦਾ ਹੈ ਕਿ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਨੂੰ ਲੈ ਕੇ ਬੀਤੇ ਦਿਨੀ ਟਿੱਪਣੀ ਕੀਤੀ ਸੀ ਆਖਿਆ ਸੀ ਕਿ ਕਿਸਾਨ ਬੱਸਾਂ ਤੇ ਰੇਲਾਂ ਦੇ ਜਿਹੜੀ ਕਿਉਂ ਨਹੀਂ ਜਾ ਸਕਦੇ ਉਹ ਟਰੈਕਟਰ ਟਰਾਲੀਆਂ ਲੈ ਕੇ ਕਿਉਂ ਜਾਂਦੇ ਨੇ ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ 6 ਮਾਰਚ ਨੂੰ ਕਿਹਾ ਗਿਆ ਸੀ ਕਿ ਦਿੱਲੀ ਇੱਕ ਜੰਤਰ ਮੰਤਰ ਤੇ ਰੈਲੀ ਕਰਨੀ ਹੈ ਪਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ। ਉਹਨਾਂ ਨੇ ਵੀ ਐਲਾਨ ਇਹ ਕੀਤਾ ਸੀ ਕਿ ਰੇਲਾਂ ਤੇ ਬੱਸਾਂ ਦੇ ਰਾਹੀਂ ਪਹੁੰਚਿਆ ਜਾਵੇ ਪਰ ਉਹ ਗੱਲ ਬਣ ਨਾ ਸਕੀ। ਪਰ ਕਿਸਾਨ ਆਗੂਆਂ ਦਾ ਇਲਜ਼ਾਮ ਸੀ ਕਿ ਦੂਜੇ ਸੂਬਿਆਂ ਤੋਂ ਆ ਰਹੇ ਕਿਸਾਨਾਂ ਨੂੰ ਰੇਲਾਂ ਤੇ ਬੱਸਾਂ ਰਾਹੀਂ ਵੀ ਪਹੁੰਚਣ ਨਹੀਂ ਦਿੱਤਾ ਗਿਆ। ਜਥੇਬੰਦੀਆਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਜੜੀਆਂ ਸੰਬੰਧਤ ਨੇ ਹੁਣ 14 ਮਾਰਚ ਨੂੰ ਮਹਾ ਪੰਚਾਇਤ ਕੀਤੀ ਜਾਣੀ ਹੈ। ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਕਿਸਾਨ ਮਜ਼ਦੂਰ ਮਹਾਪੰਚਾਇਤ ਪੂਰੀ ਤਰ੍ਹਾਂ ਤਿਆਰੀ ਨਾਲ ਇਹ ਮਹਾਰੇਲੀ ਕਰੇਗੀ ਉਹਨਾਂ ਨੇ ਇਹ ਵੀ ਆਖਿਆ ਕਿ ਕਿਸਾਨ ਮਜ਼ਦੂਰ ਮਹਾਪੰਚਾਇਤ ਦੇ ਵਿੱਚ ਦੇਸ਼ ਦੇ ਵੈਸੇ ਤਾਂ ਸਾਰੇ ਸੂਬਿਆਂ ਤੋਂ ਕਿਸਾਨ ਹਿੱਸਾ ਲੈਣਗੇ ਪਰ ਜਿਹੜੇ ਸੂਬੇ ਦਿੱਲੀ ਤੋਂ ਬਹੁਤ ਦੂਰ ਦੇ ਨੇ ਉਹ ਆਪ ਆਪਣੇ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਮਹਾਪੰਚਾਇਤ ਕਰਨਗੇ ਪਰ ਦਿੱਲੀ ਦੇ ਵਿੱਚ ਹੋਣ ਵਾਲੇ ਇਸ ਮੈਸਦੂਰ ਕਿਸਾਨ ਮਹਾਪੰਚਾਇਤ ਦੇ ਵਿੱਚ ਪੰਜਾਬ ਹਰਿਆਣਾ ਯੂਪੀ ਬਿਹਾਰ ਉੜੀਸਾ ਰਾਜਸਥਾਨ ਹਿਮਾਚਲ ਜੰਮੂ ਉਤਰਾਖੰਡ ਇਹਨਾਂ ਸੂਬਿਆਂ ਦੇ ਕਿਸਾਨਾਂ ਦੇ ਵੱਡੀ ਪੱਧਰ ਤੇ ਦਾਖਲ ਹੋਣ ਦੀਆਂ ਸੰਭਾਵਨਾਵਾਂ ਨੇ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਨੇ ਦੇਖਦੇ ਹਾਂ ਕਿ ਕੀ ਰੋਕਿਆ ਜਾਂਦਾ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਆਖਿਆ ਸੀ ਕਿ ਰੇਲਾਂ ਅਤੇ ਬੱਸਾਂ ਰਹੀਂ ਕਿਸਾਨ ਜਾ ਸਕਦੇ ਐ ਤੇ ਹੁਣ ਗੱਲ ਕਰਦੇ ਆ ਅਕਾਲੀ ਭਾਜਪਾ ਵਾਲੇ ਤਾਂ ਚੱਕਮੇ ਪੈਰੀ ਹੋਏ ਪੈਣੇ ਕਿ ਗੱਠ ਜੋੜ ਹੋ ਜੇ ਫਿਰ ਅ੍ਰਿੱਕਾ ਕੀ ਐ ਲੋਕ ਸਭਾ ਚੋਣਾਂ ਸਰਤੇ ਨੇ ਸਾਰੀਆਂ ਪਾਰਟੀਆਂ ਗੱਠ ਚੋੜ ਦੀ ਰਣਨੀਤੀ ਜੋੜ ਤੋੜ ਦੀ ਰਣਨੀਤੀ ਇਸ ਵਕਤ ਅਪਣਾ ਰਹੀਆਂ ਨੇ ਲੈਣ ਦੇਣ ਕਰ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਅਕਾਲੀ ਅਤੇ ਭਾਜਪਾ ਦੇ ਗੱਠ ਜੋੜ ਦੀਆਂ ਅੰਦਰੋਂ ਅੰਦਰ ਹੀ ਖਬਰਾਂ ਤਾਂ ਆਈ ਰਹੀਆਂ ਨੇ ਪਰ ਐਲਾਨ ਨਹੀਂ ਹੋ ਰਿਹਾ ਇਹਦੇ ਪਿੱਛੇ ਫਿਰ ਚੱਲ ਕੀ ਰਿਹਾ ਹੈ ਗੱਠ ਜੋੜ ਤਾਂ ਵੈਸੇ ਦੱਸਿਆ ਜਾ ਰਿਹਾ ਕਿ ਹੋ ਚੁੱਕਿਆ ਤੇ ਹੋਣਾ ਵੀ ਹੈ ਕਿਉਂਕਿ ਦੋਵਾਂ ਪਾਰਟੀਆਂ ਨੂੰ ਇਸ ਵਕਤ ਇੱਕ ਦੂਸਰੇ ਦੀ ਜ਼ਰੂਰਤ ਹੈ ਭਾਜਪਾ ਨੇ ਕਿਆਸ ਲਾ ਲਿਆ ਕਿ ਜੇ ਉਹ ਅਕਾਲੀਆਂ ਦੇ ਨਾਲ ਨਹੀਂ ਲੜਦੇ ਤਾਂ ਪੰਜਾਬ ਦੇ ਵਿੱਚ ਉਹਨਾਂ ਦੇ ਪੈਰ ਨਹੀਂ ਲੱਗਣੇ ਸ਼ਾਇਦ 2019 ਦੇ ਵਿੱਚ ਜਿਹੜੀਆਂ ਦੋ ਸੀਟਾਂ ਮਿਲੀਆਂ ਸੀ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸ਼ਾਇਦ ਉਹ ਵੀ ਨਾ ਬਚਣ ਇਸੇ ਤਰ੍ਹਾਂ ਅਕਾਲੀ ਦਲ ਵੀ ਸੋਚਦਾ ਹੈ ਕਿ 2019 ਦੇ ਵਿੱਚ ਬਠਿੰਡਾ ਤੇ ਫਿਰੋਜ਼ਪੁਰ ਮਿਲਗੀਆਂ ਸੀ ਸ਼ਾਇਦ ਇਹ ਵੀ ਨਾ ਬਚਾ ਸਕੀਏ ਕਿਉਂਕਿ ਵਿਧਾਨ ਸਭਾ ਚੋਣਾਂ ਤੇ ਜ਼ਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਬਹੁਤ ਮਾੜਾ ਹਾਲ ਹੋਇਆ ਪਰ ਹੁਣ ਅਕਾਲੀ ਭਾਜਪਾ ਗੱਠ ਜੋੜ ਦੇ ਵਿੱਚ ਅੜਿੱਕਾ ਕੀ ਹੈ ਦੱਸਿਆ ਜਾ ਰਿਹਾ ਕਿ ਸਭ ਤੋਂ ਵੱਡਾ ਅੜਿੱਕਾ ਕਿਸਾਨੀ ਅੰਦੋਲਨ ਬਣਿਆ ਹੋਇਆ ਹੈ ਇੱਕ ਗੱਠ ਜੋੜ ਦੇ ਗਲੇ ਦੀ ਹੱਡੀ ਬਣ ਗਿਆ ਜੇਕਰ ਕਿਸਾਨੀ ਅੰਦੋਲਨ ਬੀਤੀ 13 ਫਰਵਰੀ ਨੂੰ ਸ਼ੁਰੂ ਨਾ ਹੁੰਦਾ ਤਾਂ 14 15 ਦੇ ਨੇੜ ਤੇੜ ਭਾਵ 13 ਫਰਵਰੀ ਦੇ ਨੇੜੇ ਤੇੜੇ ਇੱਕ ਦੋ ਦਿਨਾਂ ਦੇ ਵਿੱਚ ਸੁਖਵੀਰ ਬਾਦਲ ਦੀ ਅਮਿਤ ਸ਼ਾ ਨਾਲ ਮੀਟਿੰਗ ਸੀ ਅਤੇ ਗੱਠ ਜੋੜ ਤੈ ਕਰ ਦਿੱਤਾ ਜਾਣਾ ਸੀ ਤੇ ਹੁਣ ਤੱਕ ਤਾਂ ਸੀਟਾਂ ਦੀ ਵੰਡ ਵੀ ਕਰ ਦਿੱਤੀ ਜਾਣੀ ਸੀ ਤੇ ਹੁਣ ਜਿਹੜੇ ਅਕਾਲੀ ਦਲ ਦੇ ਸਿਆਣੇ ਆਗੂ ਨੇ ਬਜ਼ੁਰਗ ਆਗੂ ਆਖ ਸਕਦਾ ਮੈਂ ਜਿਹੜੇ ਕੁਝ ਕੁ ਦਿਨ ਪਹਿਲਾਂ ਹੀ ਜਿਨ੍ਹਾਂ ਨੇ ਘਰ ਵਾਪਸੀ ਕੀਤੀ ਹੈ ਸੁਖਦੇਵ ਸਿੰਘ ਢੀਂਸਾ ਉਹ ਭਾਜਪਾ ਦੇ ਕਾਫੀ ਨੇੜੇ ਨੇ ਢੀਂਸਾ ਦਾ ਤਾਂ ਭਾਵੇਂ ਕਦ ਵਧੇ ਜਾਂ ਘਟੇ ਇਹ ਤਾਂ ਤੁਸੀਂ ਬਿਹਤਰ ਜਾਣਦੇ ਹੋ ਪਰ ਸੁਖਬੀਰ ਬਾਦਲ ਜਾਂ ਉਹਦੇ ਜਿਹੜੇ ਸਹਿਯੋਗੀ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਗੱਲ ਚੰਗੀ ਹੋ ਗਈ ਉਹਨਾਂ ਦੇ ਬੁੱਲੀਆਂ ਦੇ ਉੱਤੇ ਖੇੜਾ ਜ਼ਰੂਰ ਹੈ ਮੁਸਕਾਨ ਚਲਕ ਰਹੀ ਹੈ ਕਿਉਂਕਿ ਉਹਨਾਂ ਦੀ ਭਾਜਪਾ ਦੇ ਨਾਲ ਬਹੁਤ ਸੂਤ ਹੈ ਤੇ ਦੂਸਰੇ ਪਾਸੇ ਕਿਸਾਨੀ ਅੰਦੋਲਨ ਹਾਲੇ ਚੱਲ ਰਿਹਾ ਹੈ ਹੁਣ ਦੋਵੇਂ ਧਿਰਾਂ ਇਸ ਤਾਂਗ ਵਿੱਚ ਨੇ ਕਿ ਕਿਸਾਨੀ ਅੰਦੋਲਨ ਜਿਵੇਂ ਕਿਵੇਂ ਖਤਮ ਹੋਵੇ ਦੋਵਾਂ ਤਰ੍ਹਾਂ ਦਾ ਗੱਠ ਜੋੜ ਹੋਵੇ ਤੇ ਦਾ ਫਾਇਦਾ ਅਕਾਲੀਆਂ ਨੂੰ ਵੀ ਤੇ ਇਹਦਾ ਫਾਇਦਾ ਭਾਜਪਾ ਨੂੰ ਵੀ ਅੰਦਰੋਂ ਅੰਦਰੀ ਦੋਵੇਂ ਪਾਰਟੀਆਂ ਪੱਬਾਂ ਭਰ ਦਸੀਆਂ ਜਾਂਦੀਆਂ ਨੇ ਪਰ ਕਿਸਾਨੀ ਅੰਦੋਲਨ ਦਾ ਹੱਲ ਇਸ ਵਕਤ ਕੇਂਦਰ ਦੀ ਸੱਤਾਧਾਰੀ ਤੇ ਰ ਕੋਲ ਹੈ ਤੇ ਹੁਣ ਗੱਲ ਕਰਦੇ ਆਂ ਖਨੋਰੀ ਸਰਹੱਦ ਤੋਂ ਇੱਕ ਮੰਦ ਭਾਗੀ ਖਬਰ ਦਿੱਲੀ ਸੰਗਰੂਰ ਜਿਹੜਾ ਕੌਮੀ ਮੁੱਖ ਮਾਰਗ ਹੈ ਉਹਦੇ ਉੱਤੇ ਢਾਬੀ ਗੁਜਰਾਵਾਂ ਬਾਰਡਰ ਦੇ ਉੱਤੇ 13 ਫਰਵਰੀ ਤੋਂ ਹੀ ਇਹ ਕਿਸਾਨ ਅੰਦੋਲਨ ਚੱਲ ਰਿਹਾ ਤੇ ਦੂਜੇ ਪਾਸੇ ਸ਼ੰਭੂ ਤੇ ਚੱਲ ਰਿਹਾ ਹੈ ਉੱਥੇ ਇੱਕ ਹੋਰ ਕਿਸਾਨ ਦੀ ਮੌਤ ਹੋਈ ਹੈ ਜਾਣਕਾਰੀ ਮਿਲੀ ਹੈ ਕਿ ਜਤਿੰਦਰ ਸਿੰਘ ਕਾਂਗਥੜਾ ਦਾਸ ਰਹੇ ਸੀ ਕਿ ਅੰਦੋਲਨ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਬਲਦੇਵ ਸਿੰਘ ਕਾਂਗਥੜਾ ਤਹਿਸੀਲ ਪਾਤੜਾ ਤੇ ਜ਼ਿਲ੍ਹਾ ਪਟਿਆਲਾ ਉਹਨਾਂ ਦੀ ਮੌਤ ਹੋਈ ਹੈ ਪਹਿਲਾਂ ਸਾਹ ਲੈਣ ਦੀ ਦਿੱਕਤ ਆਈ ਉਹਨਾਂ ਨੂੰ ਫਿਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਅਤੇ ਉੱਥੇ ਸਵੇਰ ਦੇ ਲਗਭਗ 3 ਵਜੇ ਉਹ ਫਾਨੀ ਸੰਸਾਰ ਨੂੰ ਅਲਵਿਦਾ ਆਖੇ ਮ੍ਰਿਤਕ ਬਲਦੇਵ ਸਿੰਘ ਕਾਂਗਥੜਾ ਕਿਰਤੀ ਇੱਕ ਛੋਟਾ ਕਿਸਾਨ ਦੱਸਿਆ ਜਾ ਰਿਹਾ ਹੈ ਤਿੰਨ ਧੀਆਂ ਤੇ ਇੱਕ ਪੁੱਤਰ ਉਹਦੇ ਤੇ ਚਾਰੇ ਬੱਚੇ ਉਹਦੇ ਵਿਆਹੀ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਕਿ ਕਿਸਾਨ ਕਰਨੈਲ ਸਿੰਘ ਕਈ ਦਿਨਾਂ ਤੋਂ ਮੋਰਚੇ ਤੇ ਡਟਿਆ ਹੋਇਆ ਸੀ ਅਤੇ ਮੋਰਚੇ ਤੇ ਚਲਦਿਆਂ ਹੁਣ ਤੱਕ 7 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਗੱਲ ਕਰਦੇ ਆਂ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਕਿਸਾਨਾਂ ਦੇ ਮੁੱਦੇ ਦੀ ਅਕਸਰ ਹੀ ਗੂੰਜ ਪੈਂਦੀ ਰਹੀ ਹੈ ਤੇ ਅੱਜ ਵੀ ਪਈ ਸੀ। ਕਿਸਾਨ ਅੰਦੋਲਨ ਦੇ ਦੌਰਾਨ ਪੁਲਿਸ ਨੇ ਤਸ਼ੱਦਦ ਵੀ ਢਾਇਆ ਹੈ। ਜਾਣਕਾਰੀ ਮਿਲੀ ਸੀ ਕਿ ਬੀਤੇ ਦਿਨੀ 10ਵੀਂ ਜਮਾਤ ਵਿੱਚ ਪੜ੍ਹਦੇ ਇੱਕ ਬੱਚੇ ਦੀ ਮਾਂ ਦੇ ਵਿੱਚੋਂ ਗੋਲੀ ਲੰਗੀ ਹੈ। ਤੇ ਉਸ ਬੱਚੇ ਲਈ ਪੰਜਾਬ ਵਿਧਾਨ ਸਭਾ ਦੇ ਸਦਨ ਦੇ ਅੰਦਰ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਇੱਕ ਵੱਡਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਇਹ ਬੱਚਾ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਤੇ ਇਸ ਬੱਚੇ ਦੇ ਇਲਾਜ ਲਈ ਉਹ ਆਪਣੀ ਇੱਕ ਮਹੀਨੇ ਦੀ ਤਨਖਾਹ ਦੇ ਰਹੇ ਨੇ। ਤੇ ਇਹਦੇ ਨਾਲ ਹੀ ਉਹਨਾਂ ਨੇ ਸਦਨ ਦੇ ਅੰਦਰ ਬਾਕੀ ਵਿਧਾਇਕਾਂ ਤੇ ਮੈਂਬਰਾਂ ਨੂੰ ਵੀ ਇਸ ਬੱਚੇ ਦੀ ਮਦਦ ਕਰਨ ਵਾਸਤੇ ਅਪੀਲ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾ ਨੇ ਦੱਸਿਆ ਕਿ ਬੱਚੇ ਦੇ ਪਿਤਾ ਦੇ ਕੋਲ ਸਿਰਫ 1.5 ਕਿੱਲਾ ਜ਼ਮੀਨ ਹੈ ਅਤੇ ਪਰਿਵਾਰ ਬੇहद ਗਰੀਬ ਹੈ। ਉਹਨਾਂ ਕਿਹਾ ਕਿ ਗੋਲੀ ਲੱਗਣ ਦੇ ਕਾਰਨ ਬੱਚੇ ਦੇ ਹੱਥ ਦੀਆਂ ਉਂਗਲਾਂ ਵੀ ਇਸ ਵਕਤ ਦਿੱਕਤ ਆ ਰਹੀ ਹੈ, ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਪਰਿਵਾਰ ਨੂੰ ਬੱਚੇ ਨੂੰ ਅਮਨਦੀਪ ਹਸਪਤਾਲ ਦੇ ਵਿੱਚ ਭਰਤੀ ਕਰਵਾਉਣ ਲਈ ਕਿਹਾ। ਦਸਣਾ ਬਣਦਾ ਹੈ ਕਿ ਕਿਸਾਨ ਅੰਦੋਲਨ ਦੇ ਦਰਮਿਆਨ ਹਰਿਆਣਾ ਪੁਲਿਸ ਦੇ ਨਾਲ ਕਈ ਵਾਰੀ ਝੜਪਾਂ ਹੋਈਆਂ ਨੇ ਤੇ ਜਦੋਂ ਉਹਨਾਂ ਵੱਲੋਂ ਤਸ਼ੱਦਦ ਟਾਇਆ ਗਿਆ ਤਾਂ ਹੀ 10ਵੀਂ ਜਮਾਤ ਦੇ ਇਸ ਵਿਦਿਆਰਥੀ ਦੇ ਇਸ ਬੱਚੇ ਦੀ ਬਾਹ ਦੇ ਵਿੱਚ ਗੋਲੀ ਲੱਗਦੀ ਹੈ ਜਿਸ ਤੋਂ ਬਾਅਦ ਉਸ ਨੂੰ ਰਾਜਪੁਰਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਸੰਧਮਾਰੇ ਉਹਨੂੰ ਮਿਲਣ ਵਾਸਤੇ ਦੱਸਿਆ ਗਿਆ ਕਿ ਹਸਪਤਾਲ ਵੀ ਉਚੇਚੇ ਤੌਰ ਤੇ ਪਹੁੰਚੇ ਸੀ ਤੇ ਉਹਦੇ ਨਾਲ ਜਾ ਕੇ ਗੱਲਬਾਤ ਵੀ ਕਰਕੇ ਇਸ ਤੇ ਸਦਨ ਦੇ ਵਿੱਚ ਆਖਰ ਉਹਨਾਂ ਦੀ ਗੱਲਬਾਤ ਕਰਦੇ ਕਰਦੇ ਰੋ ਵੀ ਪਏ ਸੀ ਇਦੇ ਨਾਲ ਹੀ ਵਿਰੋਧੀ ਧਿਰ ਦੇ ਆਗੂ ਫਿਰ ਰਾਜਾ ਵੜਿੰਗ ਉਹਨਾਂ ਨੇ ਵੀ ਆਖਿਆ ਕਿ ਉਹ ਵੀ ਆਪਣੀ 1 ਮਹੀਨੇ ਦੀ ਪੂਰੀ ਤਨਖਾਹ ਉਸ ਬੱਚੇ ਦੇ ਇਲਾਜ ਵਾਸਤੇ ਦੇਣਗੇ ਤੇ ਸੰਧਮਾਂ ਤੋਂ ਬਾਅਦ ਫਿਰ ਇਹ ਵੀ ਖਬਰ ਬਣੀ ਕਿ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਵੀ ਆਪਣੀ ਤਨਖਾਹ ਦੇ ਵਿੱਚੋਂ ਇਸ ਬੱਚੇ ਨੂੰ 10000 ਰੁਪਏ ਦੇਣ ਦੀ ਗੱਲ ਆਖੀ ਹੈ ਤੇ ਹੁਣ ਗੱਲ ਕਰਦੇ ਆ ਮਨਪ੍ਰੀਤ ਬਾਦਲ ਦੀ ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸਾਬਕਾ ਕਾਂਗਰਸ ਦੇ ਆਗੂ ਤੇ ਹੁਣ ਭਾਜਪਾ ਦੇ ਆਗੂ ਨੇ ਉਹਨਾਂ ਦਾ ਜ਼ਿਕਰ ਹੋਇਆ ਜੀ ਜ਼ਿਕਰ ਉਹਨਾਂ ਦੇ ਦਿਲ ਦੇ ਦੌਰ ਦਾ ਹੋਇਆ ਅਸਲ ਚ ਉਹ ਹੋਇਆ ਕਿ ਕਿ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਸਰਕਾਰੀ ਕੋਠੀਆਂ ਦੀ ਗੱਲ ਕਰ ਰਹੇ ਸੀ ਕਿ ਕਈ ਅਲਾਟੀ ਆਪਣੀ ਸਮਾਂ ਮਿਆਦ ਖਤਮ ਹੋਣ ਤੋਂ ਬਾਅਦ ਇਹਨਾਂ ਸਰਕਾਰੀ ਕੋਠੀਆਂ ਨੂੰ ਹਾਲੇ ਤੱਕ ਖਾਲੀ ਨਹੀਂ ਕਰਦੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਨਾਗ ਲੋਕ ਨੇ ਜੋ ਹਾਲੇ ਵੀ ਸਰਕਾਰੀ ਕੋਠੀਆਂ ਵਿੱਚ ਸਮੇਂ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਵੀ ਰਹਿ ਰਹੇ ਆ ਤੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸੇ ਦੌਰਾਨ ਕੈਬਨਟ ਮੰਤਰੀ ਈਟੀਓ ਨੇ ਕਿਹਾ ਕਿ ਸੈਕਟਰ 2 ਦੇ ਵਿੱਚ ਕੋਠੀ ਨੰਬਰ 47 ਉਹਦੇ 'ਚ ਮਨਪ੍ਰੀਤ ਬਾਦਲ ਰਹਿ ਰਹੇ ਸੀ ਅਤੇ ਉਹਨਾਂ ਨੂੰ ਕੋਠੀ ਛੱਡਣ ਲਈ ਕਈ ਚਿੱਠੀਆਂ ਲਿਖੀਆਂ ਗਈਆਂ। ਜਦੋਂ ਉਹਨਾਂ ਨੇ ਇਹ ਗੱਲ ਕੀਤੀ ਤਾ ਫਿਰ ਪ੍ਰਤਾਪ ਸਿੰਘ ਬਾਜਵਾ ਨੇ ਤੰਜ ਕਸਿਆ ਉਹ ਕਹਿੰਦੇ ਇੰਨੀਆਂ ਚਿੱਠੀਆਂ ਨਾ ਲਿਖਿਆ ਕਰੋ ਚਿੱਠੀਆਂ ਲਿਖਣ ਕਰਕੇ ਵਿਚਾਰਿਆਂ ਨੂੰ ਹਾਰਟ ਅਟੈਕ ਹੋ ਜਾਂਦਾ ਹੈ ਅਤੇ ਫੇਰ ਉਹ ਹਸਪਤਾਲ ਚ ਦਾਖਲ ਹੁੰਦੇ ਨੇ ਇਹਦੇ ਤੇ ਦੁਬਾਰਾ ਫੇਰ ਹਰਭਜਨ ਸਿੰਘ ਈਟੀਓ ਨੇ ਆਖਿਆ ਕਿ ਉਹ ਮਨਪ੍ਰੀਤ ਬਾਦਲ ਦਾ ਨਾਮ ਨਹੀਂ ਸੀ ਦੱਸਣਾ ਚਾਹੁੰਦੇ ਪਰ ਹੁਣ ਜਦੋਂ ਮੈਨੂੰ ਪੁੱਛ ਲਿਆ ਗਿਆ ਸਵਾਲ ਪੁੱਛਿਆ ਗਿਆ ਤੇ ਸਵਾਲ ਦਾ ਜਵਾਬ ਤਾਂ ਮੈਨੂੰ ਦੇਣਾ ਪਊ ਇਹਦੇ ਨਾਲ ਹੀ ਉੱਥੇ ਮਨਪ੍ਰੀਤ ਬਾਦਲ ਜਦੋਂ ਗੱਲ ਚੱਲੀ ਤਾਂ ਇੱਥੇ ਦੱਸਣਾ ਬਣਦਾ ਹੈ ਕਿ ਮਨਪ੍ਰੀਤ ਬਾਦਲ ਆਪਣੇ ਆਪ ਨੂੰ ਪੰਜਾਬ ਦੇ ਇੱਕ ਇਮਾਨਦਾਰ ਆਗੂ ਵਜੋਂ ਪੇਸ਼ ਕਰਦੇ ਆ ਉਹ ਕਹਿੰਦੇ ਹੁੰਦੇ ਆ ਕਿ ਉਹ ਤਾਂ ਕਦੇ ਚਾਹ ਦੇ ਕੱਪ ਦੇ ਰਵਾਧਾਰ ਨਹੀਂ ਪਰ ਵਿਧਾਨ ਸਭਾ ਦੇ ਵਿੱਚ ਚੱਲ ਰਹੀ ਬਹਿਸ ਦੌਰਾਨ ਖੁਲਾਸਾ ਹੋਇਆ ਕਿ ਜਿਹੜੇ ਆਗੂ ਕੋਠੀਆਂ ਛੱਡਣ ਦਾ ਨਾਮ ਨਹੀਂ ਸੀ ਲੈਂਦੇ ਜਿਨ੍ਹਾਂ ਨੂੰ ਵਾਰ-ਵਾਰ ਚਿੱਠੀਆਂ ਲਿਖਣੀਆਂ ਪਈਆਂ ਉਹਨਾਂ 'ਚ ਮਨਪ੍ਰੀਤ ਬਾਦਲ ਵੀ ਇੱਕ ਨੇ ਦੱਸਣਾ ਬਣਦਾ ਕਿ ਮਨਪ੍ਰੀਤ ਬਾਦਲ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਸੀ ਡਾਕਟਰਾਂ ਦੇ ਵੱਲੋਂ ਉਹਨਾਂ ਦੇ ਦੋ ਸਟੈਂਟ ਪਾਏ ਗਏ ਆ ਤੇ ਉਹਨਾਂ ਦੀ ਹਾਲਤ ਇਸ ਵਕਤ ਸਥਿਰ ਦੱਸੀ ਜਾ ਰਹੀ ਹੈ ਤੇ ਹੁਣ ਗੱਲ ਕਰਦਿਆਂ ਚੰਡੀਗੜ੍ਹ ਦੇ ਨਵ ਨਿਯੁਕਤ ਨਵੇਂ ਚੁਣੇ ਗਏ ਮੇਅਰ ਤੇ ਉਹਨਾਂ ਵੱਲੋਂ ਲਏ ਵੱਡੇ ਫੈਸਲਿਆਂ ਦੀ ਭਾਜਪਾ ਨੇ ਵੈਸੇ ਗੇਮ ਪਾ ਦਿੱਤੀ ਸੀ ਪਰ ਫਿਰ ਗੇਮ ਦੇ ਵਿੱਚ ਉਲਟ ਫੇਰ ਹੋਇਆ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤੇ ਆਮ ਆਦਮੀ ਪਾਰਟੀ ਦੇ ਮੇਅਰ ਬਣੇ ਤੇ ਉਹਨਾਂ ਦੇ ਵੱਲੋਂ ਦੋ ਵੱਡੇ ਫੈਸਲੇ ਕੀਤੇ ਗਏ ਚੰਡੀਗੜ੍ਹ ਦੇ ਲੋਕਾਂ ਨੂੰ ਉਹ ਕਹਿੰਦੇ ਅਸੀਂ ਕੇਜਰੀਵਾਲ ਵੱਲੋਂ ਦਿੱਤੀ ਗਾਰੰਟੀ ਪੂਰੀ ਕਰ ਰਹੇ ਹਾਂ ਚੰਡੀਗੜ੍ਹ ਦੇ ਲੋਕਾਂ ਨੂੰ ਮੁਫਤ 20000 ਲੀਟਰ ਪਾਣੀ ਅਤੇ ਮੁਫਤ ਪਾਰਕਿੰਗ ਦੀ ਸਹੂਲਤ ਦਿੱਤੀ ਜਾਏਗੀ। ਚੰਡੀਗੜ੍ਹ ਦੇ ਵਿਧਾਇਕ ਕੁਲਦੀਪ ਕੁਮਾਰ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਪਾਰਟੀ ਦਫ਼ਤਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਦੋ ਵੱਡੇ ਫੈਸਲਿਆਂ ਦੇ ਬਾਰੇ ਜਾਣਕਾਰੀ ਦਿੱਤੀ ਹੈ। ਕੁਲਦੀਪ ਕੁਮਾਰ ਨੇ ਦੱਸਿਆ ਕਿ ਅੱਜ ਅਸੀਂ ਚੰਡੀਗੜ੍ਹ ਦੇ ਲੋਕਾਂ ਦੀਆਂ ਚਿਰੋਕਣੀਆਂ ਮੰਗਾਂ ਸੀ ਜੜੀਆਂ ਉਹਨੂੰ ਲੈ ਕੇ ਸਦਨ ਦੇ ਵਿੱਚ ਸੰਬੋਧਨ ਹੋਏ। ਉਹਨਾਂ ਆਖਿਆ ਕਿ ਸਾਡੇ ਕੌਮੀ ਕਨਵੀਨਰ अरविंद केजरीवाल ਨੇ ਚੰਡੀਗੜ੍ਹ ਦੀ ਨਗਰ ਨਿਗਮ ਚੋਣ ਦੇ ਵਕਤ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਜਿੱਤਣਗੇ ਤਾਂ 20000 ਲੀਟਰ ਮੁਫਤ ਪਾਣੀ ਚੰਡੀਗੜ੍ਹ ਵਾਲਿਆਂ ਨੂੰ ਦਿੱਤਾ ਜਾਏਗਾ ਉਹ ਕਹਿੰਦੇ ਅਸੀਂ ਇਹਨੂੰ ਸਦਨ ਦੇ ਵਿੱਚ ਰੱਖਿਆ ਤੇ ਭਾਦਪਾ ਦੇ ਕਾਉਂਸਲਰਾਂ ਦੁਆਰਾ ਜਿੰਨੀ ਵੀ ਗੜਬੜ ਪੈਦਾ ਕੀਤੀ ਜਾ ਸਕਦੀ ਸੀ ਉਹਨਾਂ ਨੇ ਕੀਤੀ ਪਰ ਇਹਦੇ باوجود ਵੀ ਅਸਮਤਾ ਪਾਸ ਕਰ ਦਿੱਤਾ ਪਰ ਉਹ ਚਾਹੁੰਦੇ ਨਹੀਂ ਸੀ ਕਿ ਅਸੀਂ ਲੋਕ ਭਲਾਈ ਦਾ ਕੰਮ ਕਰੀਏ ਉਹਨਾਂ ਨੇ ਕਿਹਾ ਕਿ ਅੱਜ ਹਾਊਸ ਦੇ ਵੱਲੋਂ ਲਿਆ ਗਿਆ ਇੱਕ ਹੋਰ ਵਹਿਮ ਫੈਸਲਾ ਉਹ ਪਾਰਕਿੰਗ ਮੁਫਤ ਦਾ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ਇੱਥੇ ਸਾਰੇ ਲੋਕਾਂ ਨੂੰ ਮੁਫਤ ਪਾਰਕਿੰਗ ਦੀ ਸਹੂਲਤ ਕਹਿੰਦੇ ਮਿਲਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਇਹ ਵੀ ਹੈ ਕਿ ਹੁਣ ਸਕੱਤਰ ਜਾਂ ਰਾਜਪਾਲ ਸਾਹਿਬ ਇਹ ਜਿਹੜੇ ਲੋਕ ਭਲਾਈ ਦੇ ਫੈਸਲੇ ਕੀਤੇ ਆ ਇਹਦੇ ਰਾਹ ਵਿੱਚ ਕੋਈ ਅੜਿੱਕਾ ਨਹੀਂ ਡਾਉਣਗੇ ਉਹ ਫੈਸਲਿਆਂ ਨੂੰ ਜਲਦੀ ਤੋਂ ਜਲਦੀ ਪਾਸ ਕਰ ਦੇਣਗੇ ਪਰ ਚੰਡੀਗੜ੍ਹ ਦੇ ਬਿਹਰ ਦੇ ਵੱਲੋਂ ਇਹ ਚੰਡੀਗੜ੍ਹ ਵਾਲਿਆਂ ਵਾਸਤੇ ਦੋ ਬਹੁਤ ਵੱਡੇ ਫੈਸਲੇ ਆ ਕੇ ਜਾ ਸਕਦੇ ਆ ਦੋਸਤੋ ਐਸੀ ਕੋਲ ਮਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ